ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੈ। ਅੱਜ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਵੱਲੋਂ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਵਰਕਰਾਂ 'ਚ ਕਾਫੀ ਉਤਸ਼ਾਹ ਸੀ। ਇਸ ਮੌਕੇ ਤੇ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਵਾਸੀਆਂ ਦੀ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਦੇਖੋ, ਸਾਡੀ ਪਾਰਟੀ ਨੇ ਜਿਹੜੇ 5 ਗਾਰੰਟੀਆਂ ਦਿੱਤੀਆਂ, ਅਸੀਂ ਉਸ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਇਲੈਕਸ਼ਨ ਦੀ ਜਿਹੜੀ ਕੰਪੇਨ ਚਲਾਈ ਹੋਈ ਹੈ। ਉਸ ਤੋਂ ਇਲਾਵਾ ਜਿਹੜੇ ਸਾਡੇ ਪਿਛਲੇ ਮਸਲੇ ਰਹਿ ਗਏ ਉਹਨਾਂ ਨੂੰ ਵੀ ਅਸੀਂ ਹੱਲ ਕਰਨਾ, ਉਹ ਵੀ ਸਾਡੇ ਨਾਲ ਦੇ। ਸਰ, ਜੇ ਬੀਜੇਪੀ ਕਹਿ ਰਹੀ ਹੈ ਵੀ ਸਾਡੇ ਜਿਹੜੇ ਮਤਲਬ ਕਿ ਅਸੀਂ ਮੋਦੀ ਸਰਕਾਰ ਨੂੰ ਜਿਤਾਉਣਾ, ਵੀ ਉਹਨਾਂ ਨੇ ਬੜੇ ਵਧੀਆ ਕੰਮ ਕੀਤੇ ਆ, ਤੁਸੀਂ ਉਹਨਾਂ ਦੇ ਕੰਮ ਕਿਵੇਂ ਕਿਸਾਨਾਂ ਨੂੰ ਉਹਨੇ ਦਿੱਤਾ ਕੰਪਨਸੇਸ਼ ਕੀਤਾ, ਕਿੰਨੇ 800-700+ ਜਿਹੜੇ ਕਿਸਾਨ ਮਰੇ ਅਤੇ ਉਹ ਉਹਨਾਂ ਨੂੰ ਕੁਝ ਦਿੱਤਾ। ਉਲਟਾ ਪੰਜਾਬ ਦੇ ਕਿਸਾਨਾਂ 'ਤੇ ਡਰੋਨਾਂ ਦੇ ਰਾਹੀਂ ਗੋਲੀਆਂ ਚਲਾ ਗਈਆਂ, ਇਸ ਕਰਕੇ ਵੋਟ ਲੋਕ ਪਾਉਂਦੇ ਕਦੇ ਵੀ ਵੋਟ ਲੋਕ ਨਹੀਂ। ਸਰ, ਸਰਹੱਦੀ ਇਲਾਕਾ, ਸਰਹੱਦੀ ਇਲਾਕੇ ਦੀ ਜਿਹੜੀ ਹੈ ਕਿ ਉਹ ਜ਼ਮੀਨਾਂ ਦੀ ਜਿਹੜੀ ਮੁਸ਼ਕਲ ਹੈ ਉਹਨੂੰ ਕਿਸ ਦੇਖੋ, ਸਰਹੱਦੀ ਇਲਾਕੇ ਦੀ ਜ਼ਮੀਨਾਂ ਦਾ ਮੈਨੂੰ ਪਤਾ ਹੈ, ਉਹ ਸਟੇਟ ਨੇ ਜਾਣਾ ਸੁਪਰੀਮ ਕੋਰਟ 'ਚ। ਆ ਭਗਵੰਤ ਮਾਨ ਨੇ ਸਰਕਾਰ ਨੂੰ ਕਿਹਾ ਸੀ, ਰਿਕੁਐਸਟ ਕੀਤੀ ਸੀ ਕਿ ਜਾ ਕੇ ਉੱਥੇ ਸਟੇਟ ਵੱਲੋਂ ਜਾ ਕੇ ਕੇਸ ਪਾਓ, ਉਹ ਸਟੇਅ ਹੋਏਗਾ ਜਾਂ ਕੋਈ ਫੈਸਲਾ ਹੋਏਗਾ, ਉਸ ਤੋਂ ਬਾਅਦ ਜ਼ਮੀਨਾਂ ਲਾ ਪਾਏ। ਕਿਵੇਂ ਦਾ ਹੁੰਗਾਰਾ ਮਿਲ ਰਿਹਾ ਅੱਗੋਂ ਦੱਸੀ? ਬਹੁਤ ਵਧੀਆ, ਤੁਸੀਂ ਦੇਖ ਹੀ ਰਹੇ ਹੋ ਕੱਲ੍ਹ ਦਾ ਪਰਸੋਂ ਦਾ ਜਦੋਂ ਦੇ ਚੱਲੇ, ਇੱਕ ਹਨੇਰੀ ਵਾਂਗ ਜਿਹੜੇ ਲੋਕ ਹੈ ਉਹ ਸਾਡੇ ਨਾਲ ਫਿਰ ਵੀ ਬਾਕੀ ਸ਼ੇਰ ਸਿੰਘ ਭਾਇਆ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗਾ ਉਹਨਾਂ ਨੇ। ਕੀ ਉਮੀਦਾਂ ਲੈ ਕੇ ਆਏ ਜੇ ਅੱਜ ਇੱਥੇ ਪਹੁੰਚੇ? ਉਮੀਦਾਂ ਦੇਖੋ ਆਣੀ ਜੀ, ਸਾਡੇ ਹੈਂਡੀਕੈਪ ਵਾਸਤੇ ਅਸੀਂ ਚੜ ਗਏ ਜੀ, ਠੀਕ ਹੈ। ਹੁਣ ਜਿਹੜੀ ਸਰਕਾਰ ਚੱਲਦੀ ਇਹਨਾਂ ਨੇ ਪੈਨਸ਼ਨ ਕਹਿ ਕੇ 2500 ਕਰਾ ਲਈ, ਪਰ ਅੱਜ ਤੱਕ ਕੋਈ ਨਹੀਂ ਵਧਾਈ। ਸਾਨੂੰ ਅੱਜ ਵੀ 1500 ਮਿਲਦੀ ਪਈ ਹੈ, ਕਿਉਂਕਿ 1500 ਦੇ ਵਿੱਚ ਕਿਸੇ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਜੀ, ਠੀਕ ਹੈ। ਅਸੀਂ ਉਹਦੇ ਵਿੱਚ ਅਸੀਂ ਮਤਲਬ ਕਿਵੇਂ ਗੁਜ਼ਾਰਾ ਕਰਦੇ ਹਾਂ? ਸ਼ੇਰ ਸਿੰਘ ਭਾਇਆ ਨੂੰ ਵੱਧ ਤੋਂ ਵੱਧ ਵੋਟਾਂ ਪਾਵਾਂਗੇ, ਜਿਤਾਵਾਂਗੇ, ਕਿਉਂਕਿ ਆਉਣ ਵਾਲੀ ਸਰਕਾਰ ਸਾਡੇ ਵਾਸਤੇ ਕੁਛ। ਤੁਹਾਨੂੰ ਪੂਰੀ ਉਮੀਦਾਂ ਨੇ ਸ਼ੇਰ ਸਿੰਘ ਭਾਇਆ ਜੀ ਤੁਹਾਡੇ ਜਿਹੜੇ ਕਹੇ ਆ ਉਹਨਾਂ ਦੇ ਪੂਰੇ ਖਰੇ ਉਤਰਨਗੇ? ਹਾਂਜੀ, ਆਹ ਉਮੀਦਾਂ ਦਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ